दोस्तों एरोसिटी में प्लॉट्स अवेलेबल हैं मेरे पास ए बी सी डी ई एफ जे ब्लॉक में। पॉश एरिया एरोसिटी। आओ दोस्तों अंदर चल के देखते हैं प्लॉट्स। ਹੁਣ ਆਪਾਂ ਐਂਟਰ ਹੋ ਗਿਆ ਆਈ ਬਲੋਕ ਦੇ ਵਿੱਚ। ਆਹ ਗੇਟਿਡ ਜਿਹੜੀ ਹੈਗੀ ਹੈ ਲੋਕੇਸ਼ਨ ਹੈਗੀ ਹੈ ਔਰ ਇਹ ਪੁੱਡਾ ਦਾ ਸੈਕਟਰ ਹੈਗਾ, ਵੈਲ ਡਿਵੈਲਪ ਸੈਕਟਰ ਹੈਗਾ। ਤੁਸੀਂ ਦੇਖ ਸਕਦੇ ਲੁੱਕ ਵਾਲੀ ਸਾਰੀ ਸੜਕਾਂ ਪਈ ਹੋਈ ਹੈ, ਅੰਡਰਗਰਾਊਂਡ ਵਾਇਰਿੰਗ ਹੈਗੀ ਹੈ। ਈਵਨ ਤੁਸੀਂ ਸਟਰੀਟ ਲਾਈਟਸ ਦੀ ਵੀ ਦੇਖੋ ਕਿ ਸਾਰੀ ਅੰਡਰਗਰਾਊਂਡ ਵਾਇਰਿੰਗ ਹੋਈ ਹੋਈ ਹੈ, ਇਲੈਕਟ੍ਰੀਸਿਟੀ ਦੀ ਵੀ ਸਾਰੀ ਅੰਡਰਗਰਾਊਂਡ ਵਾਇਰਿੰਗ ਹੋਈ ਹੋਈ ਹੈ। ਦੋਸਤੋ ਇਹ ਸਾਰੇ 150 ਗਜ਼ ਦੀ ਹੈ, ਪ੍ਰੋਪਰ ਰਿਹਾਇਸ਼ ਹੋ ਚੁੱਕੀ ਹੈ। ਇਸ ਲਾਈਨ ਦੇ ਵਿੱਚ ਮੈਂ ਤੁਹਾਨੂੰ ਪਲੋਟ ਦੇ ਦਾਂਗਾ। ਆਹ ਲਾਈਨ 'ਚ ਮੇਰੇ ਕੋਲ ਕਨਫਰਮਡ ਪਲੋਟ ਪਿਆ ਹੈਗਾ। ਸਾਹਮਣੇ ਤੁਸੀਂ ਦੇਖ ਸਕਦੇ ਹੋ ਗੇਟ ਹੈ ਜਿੱਥੋਂ ਆਪਾਂ ਐਂਟਰ ਕੀਤਾ ਸੀ, 22x60 ਸਾਈਜ਼ ਹੈਗਾ ਔਰ ਪੌਸ਼ ਏਰੀਆ ਦੇ ਵਿੱਚ ਹੈਗਾ। ਪਿੱਛੇ ਇਹਦੇ ਪਾਰਕ ਹੈਗਾ ਔਰ ਬੇਸਿਕ ਫੈਸਿਲਿਟੀਜ਼ ਇੱਥੇ ਹੋਸਪਿਟਲ ਸਕੂਲਸ ਬਿਲਕੁਲ ਨਜ਼ਦੀਕ ਹੈਗੇ ਦੋਸਤੋ। ਦੋਸਤੋ ਅਗਰ ਆਪਾਂ ਬਿਲਕੁਲ ਆਈ ਬਲੋਕ ਦੇ ਬੈਕ 'ਤੇ ਜਾਂਦੇ ਤਾਂ ਜ਼ੀਰਕਪੁਰ ਆ ਜਾਂਦਾ ਔਰ ਚੰਡੀਗੜ੍ਹ ਦੀ ਵੀ ਕਨੈਕਟੀਵਿਟੀ ਬਿਲਕੁਲ ਨਾਲ ਹੈਗੀ ਹੈ। ਆਹ ਜਿਹੜੀ ਲਾਈਨ ਮੈਂ ਤੁਹਾਨੂੰ ਦੱਸ ਰਿਹਾ ਹੈਗਾ, ਸਭ ਤੋਂ ਅੱਛੀ ਗੱਲ ਹੈ ਕਿ ਇੱਥੇ ਡਿਵੈਲਪਮੈਂਟ ਬਹੁਤ ਹੋ ਚੁੱਕੀ ਹੈ, ਪ੍ਰੋਪਰ ਡਿਵੈਲਪ ਹੋ ਚੁੱਕਿਆ ਏਰੀਆ ਔਰ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਜਿਹੜੀ ਹੈਗੀ ਲੁੱਕ ਵਾਲੀ ਸੜਕਾਂ ਸਭ ਕੁਝ ਪਿਆ ਹੋਇਆ। ਦੋਸਤੋ ਇਹ ਗੌਰਮੈਂਟ ਦਾ ਸੈਕਟਰ ਹੈਗਾ ਔਰ ਸਭ ਤੋਂ ਅੱਛੀ ਗੱਲ ਇਹ ਹੈਗੀ ਹੈ ਦੋਸਤੋ ਕਿ ਹਰ ਇੱਕ ਬੰਦੇ ਦੀ ਹੁੰਦੀ ਕਿ ਮੇਰੇ ਜਿਹੜੇ ਬੱਚੇ ਹੈਗੇ ਸਕੂਲ ਨੇੜੇ ਹੋਣ, ਹੋਸਪਿਟਲਸ ਨਜ਼ਦੀਕ ਹੋਣ ਔਰ ਬੇਸਿਕ ਫੈਸਿਲਿਟੀ ਸਾਰੀ ਹੋਣ, ਤਾਂ ਸਭ ਤੋਂ ਅੱਛੀ ਗੱਲ ਹੈ। ਆਈ ਬਲੋਕ ਦੇ ਨਾਲ ਜਿਹੜਾ ਹੈਗਾ ਆਪਣਾ ਜ਼ੀਰਕਪੁਰ ਵੀ ਨਾਲ ਲੱਗਦਾ ਔਰ ਲਾਂਡਰਾ ਰੋਡ ਦੀ ਵੀ ਸਾਰੀ ਯੂਨੀਵਰਸਿਟੀਜ਼ ਨਾਲ ਲੱਗਦੀ ਹੈ ਔਰ ਚੰਡੀਗੜ੍ਹ ਵੀ ਬਿਲਕੁਲ ਨਜ਼ਦੀਕ ਲੱਗਦਾ ਹੈਗਾ, ਅਤੇ ਸਕੂਲਸ ਦੀ ਹੋਸਪਿਟਲਸ ਦੀ ਔਰ ਮਾਰਕੀਟ ਦੀ ਫੈਸਿਲਿਟੀਜ਼ ਬਹੁਤ ਨੀਅਰ ਬਾਏ ਹੈਗੀ ਹੈ ਔਰ ਵੈਲ ਮੇਨਟੇਨ ਸੈਕਟਰ ਹੈਗਾ। ਆਹ ਸਾਰੇ ਵਾਟਰ ਕਨੈਕਸ਼ਨਸ ਲੱਗੇ ਹੋਏ ਹੈ, ਡਰੇਨੇਜ ਸਿਸਟਮ ਪਏ ਹੋਏ ਹੈ, ਸੀਵਰੇਜ ਸਿਸਟਮ ਵੀ ਸਾਰੇ ਪਏ ਹੋਏ ਹੈ ਔਰ ਅਗਰ ਮੈਂ ਤੁਹਾਨੂੰ ਘਰ ਦਿਖਾਵਾਂ ਸਾਰੇ ਲੋਕਾਂ ਨੇ ਵੈਲ ਮੇਨਟੇਨ ਕੀਤਾ ਹੋਇਆ ਘਰ। ਅਤੇ ਦੋਸਤੋ 22x60 ਸਾਈਜ਼ ਹੈਗਾ, ਪ੍ਰਾਈਮ ਲੋਕੇਸ਼ਨ ਦੇ ਵਿੱਚ ਇਹ ਪਲੋਟ ਅਵੇਲੇਬਲ ਹੈ ਮੇਰੇ ਕੋਲ। ਅਗਰ ਕੋਈ ਦੋਸਤ ਆਪਣੇ ਵਾਸਤੇ ਪਲੋਟ ਲੱਭ ਰਿਹਾ ਹੈਗਾ ਐਰੋ ਸਿਟੀ ਦੇ ਵਿੱਚ ਆਈ ਬਲੋਕ 'ਚ 150 ਗਜ਼ ਦਾ, ਤਾਂ ਮੇਰੇ ਨੀਚੇ ਦਿੱਤੇ ਨੰਬਰਾਂ 'ਤੇ ਕਾਲ ਕਰਿਓ। ਦੋਸਤੋ ਮੇਰੇ ਕੋਲ MR ਵੇਵਸ, ITCT, ਐਰੋ ਸਿਟੀ ਔਰ ਐਟਰੋਪੋਲਿਸ ਦੇ ਵਿੱਚ ਵੀ LOIs ਪਈ ਹੋਈ ਹੈ। ਦੋਸਤੋ ਹੋਰ ਵੀ ਬਹੁਤ ਸਾਰੀ ਆਪਸ਼ਨਸ ਹੈ, ਸਨੀ ਇਨਕਲੇਵ ਦੇ ਵਿੱਚ ਵੀ ਕੋਠੀਜ਼ ਅਵੇਲੇਬਲ ਹੈ ਔਰ ਆਈ ਬਲੋਕਸ ਦੇ ਵਿੱਚ ਮੇਰੇ ਕੋਲ ਹੋਰ ਵੀ ਲੋਕੇਸ਼ਨਸ ਦੇ ਪਲੋਟਸ ਕਨਫਰਮਡ ਪਲੋਟਸ ਪਏ ਹੈ, ਤਾਂ ਤੁਸੀਂ ਮੇਰੇ ਨੂੰ ਕਾਲ ਕਰ ਸਕਦੇ ਹੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਉਮੀਦ ਕਰਦਾ ਆਪਾਂ ਫਿਰ ਮਿਲਦੇ ਇੱਕ ਨਵੀਂ ਵੀਡੀਓ ਨਾਲ। ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ।